ਮਜੀਠੀਆ ਚ ਐਸੀ ਕੀ ਕੁਆਲਿਟੀ ਹੈ ਕਿ ਕੈਪਟਨ ਸਾਹਿਬ ਉਹਨਾਂ ਨੂੰ ਪਿਆਰ ਕਰਦੇ ਨੇ? ਕੋ ਮੋਦੀ ਸਾਹਿਬ ਦਾ ਡਰ ਕਿਉਂਕਿ ਮਜੀਠੀਆ ਤੇ ਬਾਦਲ ਪਰਿਵਾਰ ਮੋਦੀ ਦੇ ਨਾਲ ਹੈ, ਤਾਂ ਹੁਣ ਇਹ ਡਰ ਤਾਂ ਹੋਊਗਾ ਕਿ ਉਹਨਾਂ ਦੀ ਸਰਕਾਰ ਹੈ ਤੇ ਮੇਰੇ ਤੇ ਕੋਈ ਨਾ ਕੋਈ ਕੇਸ ਚੱਲ ਰਹੀ ਹੈ, ਕੇਸ ਤਾਂ ਚੱਲ ਰਹੀ ਹੈ ਨਾ ਉਹਨਾਂ ਤੇ, ਵੀ ਉਹਨਾਂ ਨੂੰ ਕੋਈ ਬੈਡ ਵਰਜ਼ਨ ਨਾ ਮਿਲ ਜਾਵੇ। ਕੈਪਟਨ ਸਾਹਿਬ ਨੂੰ ਆਪਣੇ ਕੇਸਾਂ ਦਾ ਡਰ ਹੈ, ਇਸ ਕਰਕੇ ਉਹ ਮਜੀਠੀਆ ਨੂੰ ਲਵ ਕਰਦੇ। ਦੈਟ ਇਜ਼ ਵਾਟ ਆਈ ਥਿੰਕ। ਮੈਂ ਬਾਦਲ ਸਾਹਿਬ ਨਾਲ ਚੌਂਕੜੀ ਮਾਰ ਕੇ ਚਾਹ ਪੀ ਕੇ ਦੱਸਦੀ ਸੀ ਵੀ ਤੁਹਾਡਾ ਸਤਿਆਨਾਸ਼ ਕਰ ਰਿਹਾ ਮਜੀਠੀਆ ਜੋ ਕਰ ਰਿਹਾ। ਮੈਂ ਸੁਖਬੀਰ ਨੂੰ ਕਹਿੰਦੀ ਸੀ ਕਿ ਉਹਨਾਂ ਦਾ ਸੁਭਾਅ ਕੀ ਹੁੰਦਾ ਸੀ, ਉਹ ਹੱਸ ਕੇ ਕਰ ਦਿੰਦਾ ਸੀ, ਹੱਸ ਲੈਂਦਾ ਸੀ। ਨੌਕਰੇ ਤਾਂ ਤੁਹਾਨੂੰ ਹੀ ਲਾਤਾ, ਉਹ ਤਾਂ ਫਿਰ ਲਾਣੇ ਹੀ ਸੀਗਾ ਇਹਨਾਂ। ਹੁਣ ਮੈਂ ਓਪਨ ਹੀ ਹੋ ਗਈ ਸੀ ਤਾਂ ਫਿਰ ਨੈਚੁਰਲੀ ਉਹਨਾਂ ਦਾ ਕਲੈਕਸ਼ਨ ਸਿਸਟਮ ਸੀਗਾ ਮਜੀਠੀਆ, ਉਹ ਕਲੈਕਸ਼ਨ ਕਰਕੇ ਦਿੰਦਾ ਸੀ ਸਾਰੇ ਪੰਜਾਬ 'ਚੋਂ। ਸੁਖਬੀਰ ਨੂੰ ਤਾਂ ਸਵੇਰੇ ਸਵੇਰੇ ਉਹ ਗੋਲੀ ਖਿਲਾ ਕੇ ਟੱਪ ਕਰ ਦਿੰਦਾ ਸੀ, ਸੰਭਾਲ ਤੋਂ ਹੀ ਰਿਹਾ ਸੀ ਸਾਰਾ ਕੁਝ। ਚਾਰ ਬੰਦੇ ਨੂੰ ਇਨਵੀਟੇਸ਼ਨ ਆਇਆ ਇਮਰਾਨ ਖਾਨ ਦਾ, ਤਿੰਨ ਨਹੀਂ ਜਾ ਰਹੇ, ਤੁਸੀਂ ਕਾਹਨੂੰ ਜਾ ਰਹੇ ਹੋ? ਜੋ ਦੋਸਤੀ ਆ ਰਹੇ, ਦੋਸਤੀ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ। ਕਾਹਦੇ ਲਈ ਨਹੀਂ ਜਾਓ? ਕਰਾਚੀ ਤੇ ਮੁੰਬਈ ਤੋਂ ਬੰਦ ਕਰੋ, ਸ਼ਿਪਸ ਤੋਂ ਨਹੀਂ ਟੈਰਰਿਸਟ ਆਉਂਦੇ, ਇੱਥੋਂ ਏਸੇ ਰੋਡ ਤੋਂ ਟੈਰਰਿਸਟ ਨੇ ਆਣੇ। ਕੈਪਟਨ ਸਾਹਿਬ ਦੀ 1.5 ਸਾਲ ਦੀ ਸਰਕਾਰ ਨੇ 10 ਚੋਂ ਕਿੰਨੇ ਨੰਬਰ? 4 ਬਸ। ਹਾਂ, ਕਿਉਂਕਿ ਗਰਾਊਂਡ ਲੈਵਲ ਤੇ ਦੱਸੋ ਕੀ ਫਰਕ ਪਿਆ। ਜਵਾਬ ਕਿਉਂ ਨਹੀਂ ਤੁਸੀਂ ਦਿੰਦੇ ਸਾਰੇ? ਚੀਫ ਮਿਨਿਸਟਰ ਸਾਹਿਬ ਨੂੰ ਦੋ। ਮੈਨੂੰ ਉਹਨਾਂ ਨੇ ਇੱਕ ਨੰਬਰ ਦਿੱਤਾ ਸੀ, ਫੋਨ ਨੰਬਰ, ਮੈਂ 100 ਵਾਰ ਕਾਲ ਕਰ ਲਿਆ, ਉਹ ਨੰਬਰ ਕਦੇ ਨਹੀਂ ਚੱਕਿਆ ਗਿਆ।